ਸਿਕਾ ਮੇ ਸਾਡੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ 26 ਸਤੰਬਰ ਦੀ ਜਿਹੜੀ ਸ਼ਿਫਟਾਂ ਹੋਈਆਂ ਉਹਨਾਂ ਦੇ ਪੇਪਰ ਦੇ ਵਿੱਚ ਉਹਨਾਂ ਦੇ ਪੇਪਰ ਦੀ ਆਪਾਂ ਜੀ ਕੇ ਦਾ ਇਹਨਾਂਲਿਸਿਸ ਕਰਾਂਗੇ ਮੈਥਿਕ ਆਪਾਂ ਕੱਲ ਨੂੰ ਕਰਾਂਗੇ ਠੀਕ ਹੈ ਤੇ ਜੀ ਕੇ ਦੇ ਵਿੱਚ ਦੇਖ ਲਓ ਕਿਹੇ ਜਿਹਾ ਲੇਵਲ ਆਇਆ ਪੇਪਰ ਦਾ ਤਾਂ ਸਾਰੇ ਬੱਚਿਆਂ ਧਿਆਨ ਨਾਲ ਦੇਖਣਾ ਦੇਖੋ ਸਭ ਤੋਂ ਪਹਿਲਾਂ ਤਾਂ ਕੰਪਲੀਸ਼ਨ ਪੁੱਛਿਆ ਗਿਆ ਸੀ ਸਿੱਖਾਂ ਦੇ ਪਹਿਲੇ ਗੁਰੂ ਸਾਹਿਬਾਨ ਕੌਣ ਸਨ ਇਹ ਤਾਂ ਹਰੇਕ ਬੱਚੇ ਨੂੰ ਪਤਾ ਕਿ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਜਿੰਨਾ ਜਨਮ 1669 ਦੇ ਵਿੱਚ ਹੋਇਆ ਸੀ ਰਾਏਪੋਈ ਦੀ ਤਲਵੰਡੀ ਦੇ ਵਿੱਚ ਪਿਤਾ ਦਾ ਪਹਿਤਾ ਕਲੋਤੇ ਮਾਤਾ ਦਾ ਤ੍ਰਿਤਾ ਦੇਵੀ ਤੇ 1539 ਦੇ ਵਿੱਚ ਇਹ ਜੋਤੀ ਜੋਤ ਸਮਾ ਗਏ ਸੀ ਇਹਨਾਂ ਜੋਤੀ ਜੋਤ ਸਮੋਂ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ 1539 ਈਸਵੀ ਦੇ ਵਿੱਚ ਗੱਦੀ ਦੇ ਬੈਠ ਗਏ ਸੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਆਇਆ ਸੀ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਕਦੋਂ ਆਏ ਸਨ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਤੁਹਾਨੂੰ ਪਤਾ ਹੀ ਹੈਗਾ ਇਹ ਅਲੱਗ ਬਾਕਸ ਦੇ ਵਿੱਚ ਅਲੱਗ-ਅਲੱਗ ਲਿਖਿਆ ਹੋਇਆ ਪੱਤਰੋ ਕਿਸੇ ਬਾਕਸ ਦੇ ਵਿੱਚ ਕੋਈ ਡੇਟ ਲਿਖੀ ਹੋਈ ਹੈ ਜੇ ਕਿਸੇ ਬਾਕਸ ਦੇ ਵਿੱਚ ਕੋਈ ਡੇਟ ਲਿਖੀ ਹੋਈ ਹੈ ਕਹਿੰਦਾ ਮਤਲਬ ਕਿ ਮਤਲਬ ਇਹ ਜੇ ਕੋਈ ਵੀ ਜੈਨੂਅਲ ਡੇਟ ਨਹੀਂ ਦਿੱਤੀ ਹੋਈ ਜਿੰਨੀਆਂ ਵੀ ਤੁਸੀਂ ਬਾਕਸ ਚੱਕੀ ਜਾਵੋਗੇ ਉਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਤੁਹਾਡੇ ਸਾਹਮਣੇ ਆਈ ਜਾਣਗੀਆਂ ਦੇਖੋ ਦੂਸਰੀ ਗੱਲ ਤੇ ਇਹਨਾਂ ਦੇ ਵਿੱਚ ਯੂਜ਼ ਕੀ ਕੀਤਾ ਗਿਆ ਸੀ ਫਰਸਟ ਜਨਰੇਸ਼ਨ ਦੇ ਕੰਪਿਊਟਰਾਂ ਦੇ ਵਿੱਚ ਕੀ ਯੂਜ਼ ਕੀਤਾ ਗਿਆ ਸੀ ਇਹਦੇ ਵਿੱਚ ਯੂਜ਼ ਕੀਤਾ ਗਿਆ ਸੀ ਭਾਈ ਵੈਕਿਊਮ ਟਿਊਬ ਠੀਕ ਹੈ ਤੇ ਆਏ ਕਿਦੋਂ ਸੀ ਇਹ ਤਾਂ ਇਹ ਭਾਈ ਆਏ ਸੀ 1942 ਦੇ ਵਿੱਚ ਕੀ ਕਰ ਦਿੱਤਾ ਮਕਸਦੇ ਵਿੱਚ 1942 ਲਿਖਿਆ ਹੋਊਗਾ ਅਧੀਆਂ ਦੇ ਵਿੱਚ 1945 ਲਿਖਿਆ ਹੋਊਗਾ ਠੀਕ ਹੈ ਗੁਗਗੇ ਦਾ ਸੰਬੰਧ ਮੇਲਾ ਕਿੱਥੇ ਲੱਗਦਾ ਹੈ ਗੁਗਗੇ ਦਾ ਸੰਬੰਧ ਮੇਲਾ ਬਈ ਲੁਧਿਆਣਾ ਜ਼ਿਲ੍ਹੇ ਵਿੱਚ ਲੱਗਦਾ ਹੈ ਠੀਕ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗਦਾ ਹੈ ਰਾਈਟ ਟੂ ਇਕੁਐਲਟੀ ਕਿਸ ਆਰਟੀਕਲ ਦੇ ਵਿੱਚ ਆਉਂਦਾ ਹੈ ਇਹ ਤੁਹਾਨੂੰ ਬਹੁਤ ਵਾਰੀ ਕਰਾਤਾ ਰਾਈਟ ਟੂ ਇਕੁਐਲਟੀ ਸਮਾਨਤਾ ਦਾ ਅਧਿਕਾਰ ਠੀਕ ਹੈ 15 ਤੋਂ ਲੈ ਕੇ 18 ਤੱਕ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਸੋਸੋਧਨ ਬਾਰੇ ਗੱਲ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ ਸੋਸੋਧਨ ਦਾ ਮਤਲਬ ਹੁੰਦਾ ਅਮੈਂਡਮੈਂਟ ਕੱਲ ਹੀ ਤੁਹਾਨੂੰ ਵੀਡੀ ਬਿੱਲ ਵਾਲੀ ਤੁਹਾਨੂੰ ਬਿੱਲ ਕਰਵਾਇਜੀ ਜਿਵੇਂ ਕਰਵਾਇਆ ਸੀ ਆਰਡੀਨਰੀ ਬਿੱਲ ਤੇ ਫਾਈਨੈਂਸ ਬਿੱਲ ਮਨੀ ਬਿੱਲ ਤੇ ਅਮੈਂਡਮੈਂਟ ਬਿੱਲ ਚਾਰ ਬਿੱਲ ਕਰਵਾਏ ਸੀ ਤੁਹਾਨੂੰ ਜੀ ਇਹ ਵੀ ਕਰਵਾਇਆ ਸੀ ਕਿ ਜਿਹੜਾ ਅਮੈਂਡਮੈਂਟ ਬਿੱਲ ਹੈ 368 ਆਰਟੀਕਲ ਦੇ ਵਿੱਚ ਆਉਂਦਾ ਹੈ ਠੀਕ ਹੈ ਕਰਵਾਇਆ ਸੀ ਕਿ ਨਹੀਂ ਕਰਵਾਇਆ ਸੀ ਤਾਂ ਉਹੀ ਆਪਰੇਸ਼ਨ ਇਹਨਾਂ ਨੇ ਪੁੱਛ ਲਿਆ ਤਾਂ ਜਿਹੜਾ ਆਪ ਹੀ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਹੈ 368 ਆਰਟੀਕਲ ਦੇ ਵਿੱਚ ਤਾਂ ਕੱਲ ਹੀ ਕਰਵਾ ਕੇ ਗਏ ਆਪਰੇਸ਼ਨ ਵਿੱਚ ਤੁਹਾਨੂੰ ਠੀਕ ਹੈ ਇਸ ਤੋਂ ਵੱਲ ਰਾਈਟ ਟੂ ਫ੍ਰੀडम ਕਿਸ ਨਾਲ ਸੰਬੰਧਤ ਹੈ ਰਾਈਟ ਟੂ ਫ੍ਰੀडम ਇਹਦਾ ਹਰ ਇੱਕ ਬੱਚ ਨੂੰ ਪਤਾ ਆਰਟੀਕਲ 19 ਦੀ ਗੱਲ ਕਰ ਰਹੇ ਹਿੰਨੇ ਆਪਨੇ ਠੀਕ ਹੈ ਆਰਟੀਕਲ 19 ਦੀ ਗੱਲ ਹੋ ਰਹੀ ਹੈ ਤਾਂ ਇਹ ਫੰਡਾਮੈਂਟਲ ਜਾਇ ਵੀ ਦੇਖੋ ਐਂਡ ਤੇ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਨੀਆਂ ਜ਼ਰੂਰ ਸੁਣਿਓ ਬਹੁਤ ਮਹੱਤਵਪੂਰਨ ਗੱਲਾਂ ਤੁਹਾਡੇ ਵਾਸਤੇ ਬਠਿੰਡਾ ਦਾ ਕਿਲਾ ਉਸ ਦਾ ਕੀ ਨਾਮ ਹੈ ਜਿਹੜਾ ਬਠਿੰਡੇ ਦਾ ਕਿਲਾ ਹੈਗਾ ਉਸ ਦਾ ਕੀ ਨਾਮ ਹੈ ਤਾਂ ਜਿਹੜਾ ਵੀ ਬਠਿੰਡੇ ਦਾ ਕਿਲਾ ਇਹਨੂੰ ਕਿਲਾ ਮੁਬਾਰਕ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਕਿਲਾ ਮਵਾਰਕ ਵੀ ਕਿਹਾ ਜਾਂਦਾ ਹੈ ਜੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਬਠਿੰਡੇ ਦੇ ਵਿੱਚ ਕਿਲੇ ਦੇ ਵਿੱਚ ਮੈਂ ਗਿਆ ਬਹੁਤ ਵਾਰੀ ਇੱਥੇ ਮੱਥਾ ਟੇਕ ਕੇ ਆਇਆ ਹਾਂ ਪੰਜਾਬ ਦੇ ਵਿੱਚ ਸ਼ਹਿਰੀ ਵਾਦੀ ਕਿੰਨੀ ਹੈ ਪੰਜਾਬ ਦੇ ਵਿੱਚ ਸ਼ਹਿਰੀ ਵਾਦੀ 37% ਦੇ ਕਰੀਬ ਹੈ ਬੱਚਿਓ ਠੀਕ ਹੈ ਪੰਜਾਬ ਦੇ ਵਿੱਚ ਸ਼ਹਿਰੀ ਵਾਦੀ 37% ਦੇ ਕਰੀਬ ਹੈ ਇਸ ਤੋਂ ਬਾਅਦ ਖਾਲਸਾ ਪੰਥ ਦੀ ਸਥਾਪਨਾ ਕਿਸ ਨੇ ਕੀਤੀ ਸਾਰੇ ਬੱਚਾ ਇਹਨੂੰ ਪਤਾਗਾ ਕਿ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਕਾਲਾ ਸਬਤਿਸਤ ਆਪਣਾ ਕੀਤੀ ਸੀ ਤੇ ਪੰਜ ਪਿਆਰਿਆਂ ਦੇ ਸਿਰਾਂ ਦੀ ਮੰਗ ਕੀਤੀ ਸੀ ਠੀਕ ਹੈ ਜੀ ਪੰਜ ਪਿਆਰਿਆਂ ਬਾਰੇ ਰਿਲੇਟਰ ਸਾਰੇ ਉਹਨਾਂ ਦੇ ਨਾਮ ਉਹਨਾਂ ਦੇ ਕਿੱਤੇ ਤੇ ਉਹਨਾਂ ਦੇ ਮਤਲਬ ਕਿੱਥੋਂ ਦੇ ਕਿੱਥੋਂ ਦਾ ਸੰਬੰਧਤ ਸਨ ਤਾਂ ਸਾਰਾ ਕੁਝ ਇਹ ਤੁਹਾਨੂੰ ਕਰਵਾਇਆ ਹੋਇਆ ਇਸ ਤੋਂ ਬਾਅਦ ਅਗਲਾ ਗੋਲਡਨ ਟੈਂਪਲ ਗੋਲਡਨ ਟੈਂਪਲ ਦਾ ਦੂਸਰਾ ਨਾਮ ਕੀ ਹੈ ਦੇਖੋ ਗੋਲਡਨ ਟੈਂਪਲ ਦੇ ਕਿਹੇ ਨਾਮ ਨੇ ਸਿਫਤੀ ਦਾ ਘਰ ਵੀ ਕਹਿੰਦੇ ਆ ਠੀਕ ਹੈ ਹਰਮੰਦਰ ਸਾਹਿਬ ਵੀ ਕਹਿੰਦੇ ਆ ਠੀਕ ਹੈ ਸਾਨੀ ਟੈਂਪਲ ਵੀ ਕਹਿੰਦੇ ਆ ਇੰਦੇ ਸਵਾਰਨ ਟੈਂਪਲ ਠੀਕ ਹੈ ਸਵਾਰਨ ਟੈਂਪਲ ਵੀ ਕਹਿ ਦਿੰਦੇ ਇਹ ਗੱਲ ਯਾਦ ਰੱਖਣੀ ਹੈ 1946 ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਇਹ ਤੁਹਾਨੂੰ ਪਤਾ ਹੈ ਕਿ 1952 ਦੇ ਵਿੱਚ ਹੀ ਬਣਦੀ ਸੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਠੀਕ ਹੈ ਉਹ ਸੱਚ ਬਣ ਗਈ ਸੀ ਉਹ ਤਾਂ ਹਾਂ 1952 ਦੇ ਵਿੱਚ ਤਾਂ ਉਹਦੇ ਸ਼ਹਿਰ ਦੇ ਵਿੱਚ ਹੀ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਚੰਡੀਗੜ੍ਹ ਇਹ ਸਾਨੂੰ ਸਾਰੇ ਨੂੰ ਪਤਾਗਾ ਲੀਕ ਆਬਜ਼ਰਵ ਸੀ ਜਿਹੜਾ ਉਹਨੇ ਇਹਦੀ ਸਾਰੀ ਸਟਾਈਲਿਸ਼ ਕਰੀ ਸੀ ਤੇ ਸਾਰੇ ਦਾ ਤਿਆਰ ਕਰਿਆ ਸੀ ਇਸ ਤੋਂ ਬਾਅਦ ਹੋਰ ਨਵੈਲ ਹੋਰ ਨਵੈਲ ਜਿਹੜਾ ਇਹ ਆਪਣਾ ਤਿਹਾਰ ਹੈ ਕਿਹੜੇ ਉਹਦੇ ਵਿੱਚ ਮਨਾਇਆ ਜਾਂਦਾ ਹੈਗਾ ਕਿਹੜੀ ਸਟੇਟ ਦੇ ਵਿੱਚ ਮਨਾਇਆ ਜਾਂਦਾ ਤਾਂ ਇਹ ਮਨਾਇਆ ਜਾਂਦਾ ਆਪਣਾ ਨਾਗਾ لینڈ ਦੇ ਵਿੱਚ ਤੇ ਨਾਗਾ لینڈ ਦੇ ਵਿੱਚ ਮਨਾਇਆ ਜਾਂਦਾ ਤਾਂ ਇੱਕ ਮੈਂ ਤੁਹਾਨੂੰ ਇਹਨਾਂ ਸੰਬੰਧਤ ਹੋਰ ਵੀ ਚੀਜ਼ ਕਰਵਾ ਕੇ ਗਿਆ ਸੀ ਕਿ ਨਾਗਾ لینڈ ਦੇ ਵਿੱਚ ਦੀ ਆਪਸ਼ਨ ਲੈਂਗੁਏਜ ਕੀ ਹੈ ਇੰਗਲਿਸ਼ ਤੇ ਜਿਹੜੀਆਂ ਆਪਣੇ 22 ਭਾਸ਼ਾਵਾਂਆਂ ਆਗੀਆਂ 8ਵੀਂ ਸੂਚੀ ਦੇ ਵਿੱਚ ਉਹਨਾਂ ਜਿਹੜੀਆਂ 22 ਭਾਸ਼ਾਵਾਂ ਆਪੜੀਆਂ ਤਾਂ ਉਹਨਾਂ ਦੇ ਵਿੱਚ ਇੰਗਲਿਸ਼ ਨਹੀਂ ਹੈਗੀ ਇਹ ਗੱਲ ਵੀ ਯਾਦ ਰੱਖਣੀ ਹੈ ਉੱਤਰਪੂਰ ਵਿੱਚ ਕਿਹੜੀਆਂ ਪਹਾੜੀਆਂ ਹਨ ਉੱਤਰਪੂਰ ਵਿੱਚ ਜਿਹੜੀਆਂ ਪਹਾੜੀਆਂ ਨੂੰ ਪੰਜਾਬ ਪਹਾੜੀਆਂ ਵੀ ਕਹਿ ਦਿੰਦੇ ਆ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ 시ਦੀ ਜੋੜ ਮੇਲਾ ਲੱਗਦਾ ਕਿਹੜੀ ਜਗ੍ਹਾ ਤੇ ਲੱਗਦਾ ਇਹ ਲੱਗਦਾ ਵੀ ਆਪਣੇ ਸਰਹੰਦ ਸਰਹੰਦ 시ਦੀ ਜੋੜ ਮੇਲਾ ਲੱਗਦਾ ਜਿਹੜੇ ਛੋਟੇ ਗੁਰੂ ਸਾਹਿਬ ਸੀ ਬੱਚੇ ਜਿਹਨੂੰ ਨਿਹੰਗਾਂ ਵਜੇ ਚੁਣਾ ਕੇ ਔਰਗਜੀਵ ਦੁਆਰਾ ਤੇ ਵਜੀਰਖਾਨ ਦੁਆਰਾ ਅਸ਼ੀਰਵਾਦ ਕੀਤਾ ਗਿਆ ਸੀ ਠੀਕ ਹੈ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ 시ਦੀ ਜੋੜ ਮੇਲਾ ਲਾਇਆ ਜਾਂਦਾ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਚੱਲਦਾ ਸਰਪ ਸੰਪਤੀ ਨਾਲ ਕਿਸ ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ ਇਹ ਬਣਾਇਆ ਗਿਆ ਸੀ ਆਪਣੇ ਸੰਜੀਵ ਨੀਲਮ ਰੈਡੀ ਠੀਕ ਹੈ ਇਹਨਾਂ ਸਰਪ ਸੰਪਤੀ ਦਾ ਰਾਸ਼ਟਰਪਤੀ ਬਣਾਇਆ ਗਿਆ ਸੀ ਇਸ ਤੋਂ ਬਾਅਦ ਦੂਸਰੇ ਐਂਗਲੋ ਜੁੱਧੇ ਸਮੇਂ ਭਾਰਤ ਦਾ ਗਵਰਨਰ ਕੌਣ ਸੀ ਦੂਸਰਾ ਐਂਗਲੋ ਜੁੱਧ ਹੋਇਆ ਦੇਖੋ ਆਪਣੇ ਦੋ ਐਂਗਲੋ ਸਿੱਖ ਵਾਰੀਆਂ ਹੋ ਗਿਆ ਸੀ ਇੱਕ ਫਸਟ ਇਹ ਹੋਈ ਸੀ ਆਪਣੀ 1800 ਚਤਾਈ ਦੇ ਵਿੱਚ 1848 ਤੇ 49 ਦੇ ਵਿੱਚ ਠੀਕ ਹੈ ਦੋ ਸਿੱਖ ਐਂਗਲੋ ਵਾਰ ਹੋ ਗਿਆ ਸੀ ਪਹਿਲੀ ਵਾਰ ਤਾਂ ਹੋਈ ਸੀ 5 ਦੂਸਰੀ ਵਾਰ ਹੋਈ ਸੀ 4 ਠੀਕ ਹੈ ਇਹਨਾਂ ਦੇ ਵਿੱਚ ਸਿੱਖਾਂ ਨੇ ਪਹਿਲੀ 1 ਇੱਕ ਜਿੱਤੀ ਸੀ ਦੂਸਰੀ ਵਿੱਚ ਦੋ ਜਿੱਤੀਆਂ ਸੀ ਠੀਕ ਹੈ ਜੇ ਦੂਸਰੀ ਸਿੱਖ ਐਂਗਲੋ ਵਾਰ ਸੀ ਜੀ ਚੌਥੀ ਲੜਾਈ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਤਲਸੋ 49 ਦੇ ਵਿੱਚ ਪੰਜਾਬ ਨੂੰ ਆਪਦੇ ਕਬਜ਼ੇ ਦੇ ਵਿੱਚ ਕਰ ਲਿਆ ਸੀ ਠੀਕ ਹੈ ਤਾਂ ਦੂਸਰੀ ਐਂਗਲੋ ਜੁੱਧ ਸਮੇ ਗਵਰਨਰ ਕੌਣ ਸੀ ਭਾਰਤ ਦਾ ਉਹ ਹੈਗਾ ਸੀ ਭਾਈ ਆਪਣਾ ਲਾਰਡ ਲਾਹੌਰੀ ਠੀਕ ਹੈ ਆਈਐਫਐਫ ਇਹ ਕਿੱਥੇ ਹੋਇਆ ਸੀ ਆਈਐਫਐਫ ਇੰਡੀਅਨ ਫਿਲਮ ਫੈਡਰੇਸ਼ਨ ਆਫ ਇੰਡੀਆ ਇਸ ਤਰ੍ਹਾਂ ਦਾ ਨਾਮ ਹੈਗਾ ਇਹ ਹੋਇਆ ਸੀ ਬਈ ਗੋਆ ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਸੰਗ ਸੂਚੀ ਠੀਕ ਹੈ ਜਿਹੜਾ ਅਪਾ ਜੂਨੀਅਰ ਲਿਸਟ ਕਹਿੰਦ ਨੇ ਆ ਸਟੇਟ ਲਿਸਟ ਕਹਿੰਦ ਨੇ ਆ ਕਨਕਰੈਂਟ ਲਿਸਟ ਕਰ ਦਨੇ ਆ ਠੀਕ ਹੈ ਇਹ ਲਿਸਟਾ ਕਿਹੜੀ ਨਾ ਸੂਚੀ ਦੇ ਵਿੱਚ ਆਉਂਦੀ ਹੈ ਇਹ ਤੁਹਾਨੂੰ ਕਰਵਾਇਆ ਹੋਇਆ ਹੈ 7ਵੀਂ ਨਾ ਸੂਚੀ ਦੇ ਵਿੱਚ ਆਉਂਦੀ ਹੈ ਠੀਕ ਹੈ ਯਾਦ ਰੱਖਣੀ ਹੈ 7ਵੀਂ ਨਾ ਸੂਚੀ ਦੇ ਵਿੱਚ ਇਹ ਆਉਂਦੀਆਂ ਹੈ ਇਸ ਤੋਂ ਬਾਅਦ ਚਲਦੇ ਆ ਭਗੜੇ ਦੇ ਰਾਈਟ ਟੂ এডਿਕੇਸ਼ਨ ਕਿਸ ਸਾਲ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਲ ਕੀਤੀ ਗਈ ਸੀ ਬੇਰੀ ਬੇਰੀ ਇੰਪੋਰਟੈਂਟ ਆ ਭਾਈ ਜਿਹੜੀ ਆਪਣੀ ਰਾਈਟ ਟੂ এডਿਕੇਸ਼ਨ ਹੈ ਇਹ ਤੁਹਾਨੂੰ ਕਰਵਾਇਆ ਹੋਇਆਗਾ ਰਾਈਟ ਟੂ ਐਜੂਕੇਸ਼ਨ ਆਪਣਾ ਆਰਟੀਕਲ ਰਾਈਟ ਟੂ ਆਪਣਾ ਫ੍ਰੀडम ਦੇ ਵਿੱਚ ਆ ਜਾਂਦੀ ਹੈ ਇਹ ਚੀਜ਼ ਰਾਈਟ ਟੂ ਫ੍ਰੀडम ਰਾਈਟ ਟੂ ਫ੍ਰੀडम ਹੁੰਦਾ ਆਪਣਾ 19 ਤੋਂ 21 ਇਹ ਆ ਜਾਂਦਾ 21 ਦੇ ਵਿੱਚ 21 ਦੇ ਵਿੱਚ ਕਿਹਾ ਹੋਇਆ ਹੈ ਕਿ ਜਵਾਕਾਂ ਨੂੰ ਜਿਹੜੀ ਬੱਚਿਆਂ ਦੀ ਜਿਹੜੀ ਸਿੱਖਿਆ ਹੈਗੀ ਇਹਨੂੰ ਮੌਲਕਿਤ ਘੜ ਦਿੱਤਾ ਗਿਆ ਤੇ 21 21 ਆਰਟੀਕਲ ਜੀ ਗੱਲ ਵੀ ਕਿਹੀ ਗਈ ਹੈ ਕਿ 14 ਸਾਲ ਤੋਂ ਘੱਟ ਬੱਚਿਆਂ ਦੀ ਪੜ੍ਹਾਈ ਬਿਲਕੁਲ ਫ੍ਰੀ ਕਰੀ ਜਾਊਗੀ ਠੀਕ ਹੈ ਤਾਂ ਇਹ ਭਾਈ ਰਾਈਟ ਟੂ ਜਿਹੜਾ ਐਜੂਕੇਸ਼ਨ ਹੈ ਕਿਸ ਸਾਲ ਮੌਲਕਿਤ ਘੜ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ 2002 ਦੇ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਕੌਣ ਸਨ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਬਾਕੀ ਗੱਲ ਹੋਰ ਕਰਦਾ ਭਾਈ ਮੈਂ ਅ ਪੇਪਰ ਦਾ ਲੈਵਲ ਅੱਜ ਵਾਲੇ ਦਾ ਥੋੜਾ ਜਿਹਾ ਮੈਨੂੰ ਸੁਣਿਆ ਕਿ ਟਫ ਸੀ ਪੇਪਰ ਦੂਸਰੇ ਪੇਪਰਾਂ ਦੇ ਪੱਜਾ ਜਿਵੇਂ ਕੱਲ ਦੇ ਪੇਪ ਪਹਿਲੀਆਂ ਦੂਜੀਆਂ ਸ਼ਿਫਟਾਂ ਹੋ ਗਈਆਂ ਤੀਜੀ ਸ਼ਿਫਟ ਵੀ ਹੋਈ ਹੈ ਚੌਥੀ ਸ਼ਿਫਟ ਦੇ ਵਿੱਚ ਮਤਲਬ ਅੱਜ ਜਿਹੜੀ ਚੌਥੀ ਸ਼ਿਫਟ ਦੇ ਵਿੱਚ ਥੋੜਾ ਜਿਹਾ ਹੀ ਲੱਗਿਆ ਕਿ ਪੇਪਰ ਬੱਚਿਆਂ ਨੂੰ ਥੋੜਾ ਜਿਹਾ ਔਖਾ ਲੱਗਿਆ ਠੀਕ ਹੈ ਤਾਂ ਕਰਕੇ ਦੂਸਰੀ ਕੱਲ ਇਹ ਭਾਈ ਦੇਖੋ ਅ ਪੋਸਟਾਂ ਤੋਂ ਪਹਿਲਾਂ ਵੀ ਦੱਸ ਕੇ ਕਿ ਪੋਸਟ ਬਹੁਤ ਘੱਟ ਸੀ ਤੇ ਭਰਨ ਵਾਲੇ ਸੰਖਿਆ ਬਹੁਤ ਜ਼ਿਆਦਾ ਸੀ 5 ਲੱਖ ਬੱਚੇ ਦੇ ਕਰੀਬ ਭਰਨ ਵਾਲਾ ਬੱਚਾ ਸੀ 470000 ਕਹਿ ਰਹੇ ਨੇ ਚਲੋ ਆਪਾਂ 5 ਲੱਖ ਮੰਨ ਲੈਂਦੇ ਆ ਤੇ 4 ਲੱਖ ਹੀ ਮੰਨ ਲਓ ਚਲੋ 4 ਲੱਖ ਦੇ ਵਿੱਚ 1 ਲੱਖ ਕੈਂਡੀਡੇਟ ਤਾਂ ਉਹ ਹੋਊਗਾ ਜਿਹੜਾ ਬਿਲਕੁਲ ਸੀਰੀਅਸ ਨਹੀਂ ਹੈਗਾ ਮਗਰ ਇਹ ਕਿ 3 ਲੱਖ ਹੀ ਦੇ 3 ਲੱਖ ਕੈਂਡੀਡੇਟ ਬਹੁਤ ਵੱਡੀ ਆਬਾਦੀ ਹੋ ਜਾਂਦੀ ਹੈ ਭਾਈ ਠੀਕ ਹੈ ਤਾਂ ਕਰਕੇ ਮੈਂ ਇਹੀ ਗੱਲ ਕਹਿਣਾ ਚਾਹਣਾਗਾ ਜੇ ਕਿਸੇ ਬੱਚੇ ਦੀ ਸਿਲੈਕਸ਼ਨ ਹੁੰਦੀ ਹੈ ਤਾਂ ਵੈਰੀ ਵੈਰੀ ਇੰਪੋਰਟੈਂਟ ਜੇ ਕਿਸੇ ਸਿਲੈਕਸ਼ਨ ਨਹੀਂ ਹੁੰਦੀ ਤਾਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹਜੇ ਵੀ ਪੰਜਾਬ ਦੇ ਵਿੱਚ ਬਹੁਤ ਅਪੋਰਚਨਸ ਆਉਣੀਆਂ ਹੈਗੀ ਆ ਠੀਕ ਹੈ ਤੇ ਆਪਾਂ ਜਲਦੀ ਹੀ ਪੀਐਸਪੀਸੀਲ ਦਾ ਬੈਚ ਤੇ ਅੰਗਣਵਾੜੀ ਸੁਪਰਵਾਈਜ਼ਰ ਪਲੱਸ ਕਲਰਕ ਇਹਨਾਂ ਦਾ ਬੈਚ ਪੰਜਾਬ ਪੁਲਿਸ ਦੇ ਬੈਚ ਵਾਂਗੂ ਫ੍ਰੀ ਸਟਾਰਟ ਕਰ ਰਹੇ ਹਾਂ ਸਾਰੇ ਬੱਚਿਆਂ ਨੇ ਜ਼ਰੂਰ ਇਹ ਵਿੱਚ ਹਿੱਸਾ ਪਾਉਣਾ ਆਪਦਾ-ਆਪਦਾ ਠੀਕ ਹੈ ਡੇਲੀ ਕਲਾਸਾਂ ਲਾਉਣਗੇ ਤੇ ਗਰੰਟੀ ਦਵਾਗੇ ਤੁਹਾਡੀ ਸਿਲੈਕਸ਼ਨ ਦੀ ਠੀਕ ਹੈ ਜੀ ਧੰਨਵਾਦ ਹੈ ਮੇਂ ਦੋਸਤੋ ਜਿਉਂਦੇ ਬਾਦ ਦੇ ਰੋ ਭਾਈ